ਸਿਆਸੀ ਮੰਚਾਂ ਤੋਂ ਲੈ ਕੇ 1984 ਸਿੱਖ ਕਤਲੇਆਮ ਦਾ ਜ਼ਿਕਰ ਛੇੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪੂਰੀ ਬੀਜੇਪੀ ਲੀਡਰਸ਼ਿਪ ਨੇ ਖੁਦ ਨੂੰ ਅਸਲ ਸਿੱਖ ਹਤੈਸ਼ੀ ਵਜੋਂ ਪੇਸ਼ ਕੀਤਾ ਹੈ। ਸੱਜਣ ਕੁਮਾਰ ਨੂੰ ਦਵਾਈ ਸਜ਼ਾ ਸਮੇਤ ਕਾਂਗਰਸ ਦੇ ਕੁਝ ਆਗੂਆਂ ਦੇ 1984 ਕਤਲੇਆਮ ਬਾਰੇ ਬਿਆਨ ਹਵਾ ਵਿੱਚ ਉਛਾਲ ਖੁਦ ਨੂੰ ਸਿੱਖ ਹਿੱਤਾਂ ਦਾ ਪਹਿਰੇਦਾਰ ਗਰਦਾਨਿਆ ਗਿਆ, ਪਰ ਬੀਜੇਪੀ ਅਤੇ ਉਸਦੀ ਪਿੱਤਰ ਸੰਸਥਾ RSS ਦੀ ਸਿਆਸਤ ਨੂੰ ਨੇੜਿਓਂ ਵੇਖਦੇ ਆਏ ਬੁੱਧੀਜੀਵੀਆਂ ਦੇ ਗਲੇ ਹੇਠੋਂ ਇਹ ਤਰਕ ਨਹੀਂ ਉਤਰ ਰਹੇ। ਉਹਨਾਂ ਦੀ ਦਲੀਲ ਹੈ ਕਿ ਮੂੰਹ ਮੇਂ ਰਾਮ ਰਾਮ ਤੇ ਬਗਲ ਚ ਛੁਰੀ ਵਾਲੇ ਫਲਸਫੇ ਤੇ ਚੱਲਦੀ ਆਈ ਬੀਜੇਪੀ ਤੇ RSS ਨੇ ਸਿੱਖ ਹੀ ਨਹੀਂ ਮੁਲਕ ਦੀਆਂ ਵਸਦੀਆਂ ਤਮਾਮ ਘੱਟ ਗਿਣਤੀਆਂ ਖਿਲਾਫ ਸ਼ੁਰੂਆਤ ਤੋਂ ਹੀ ਜੋ ਪੈਂਤਰਾ ਅਪਣਾਇਆ ਹੋਇਆ ਉਹ ਤਾਂ ਕੁਝ ਹੋਰ ਹੀ ਬਿਆਨ ਕਰ ਰਿਹਾ। ਦਾ ਕਾਰਵਾ ਵਿੱਚ ਛਪੇ ਇੱਕ ਲੇਖ ਵਿੱਚ ਬੀਜੇਪੀ ਅਤੇ ਸੰਘ ਦੇ ਦੋਗਲੇ ਚਿਹਰੇ ਦੇ ਪਾਜ ਇਤਿਹਾਸਿਕ ਹਵਾਲਿਆਂ ਨਾਲ ਉਧੇੜੇ ਗਏ ਹਨ। ਬੀਜੇਪੀ ਤੇ ਸੰਘ ਦੀ ਕਰਨੀ ਤੇ ਕਥਨੀ ਦੇ ਪਾੜੇ ਨੂੰ ਇਤਿਹਾਸਿਕ ਮਿਸਾਲਾਂ ਦੇ ਕੇ ਬੇਨਕਾਬ ਕੀਤਾ ਗਿਆ ਹੈ। ਬੁੱਧੀਜੀਵੀਆਂ ਮੁਤਾਬਕ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ, ਇਤਿਹਾਸ ਗਵਾਹ ਹੈ ਕਿ ਕਿਸ ਤਰ੍ਹਾਂ ਪੈਰ ਪੈਰ ਤੇ ਸਿੱਖ ਧਰਮ ਨਾਲ ਵਿਸਾਕਾਤ ਕੀਤੇ ਗਏ ਤੇ ਕਿਵੇਂ ਬਹੁ ਗਿਣਤੀ ਭਾਈਚਾਰੇ ਦੀਆਂ ਨੁਮਾਇੰਦਾ ਇਹਨਾਂ ਜਮਾਤਾਂ ਨੇ ਘੱਟ ਗਿਣਤੀਆਂ ਦਾ ਕਾਣ ਕੀਤਾ ਜਾਂ ਕਰਵਾਇਆ, ਇਹ ਗਵਾਹੀ ਇਤਿਹਾਸ ਖੁਦ ਚੀਕ ਚੀਕ ਕੇ ਦੇ ਰਿਹਾ ਹੈ। ਕਾਰਵਾ ਦੇ ਇਸ ਲੇਖ ਮੁਤਾਬਕ PM ਮੋਦੀ ਸਿਆਸੀ ਮੰਚਾਂ ਤੋਂ ਜਿਸ 1984 ਸਿੱਖ ਕਤਲੇਆਮ ਲਈ ਹੁਣ ਇਨਸਾਫ ਦਾ ਗੁੱਡਾ ਆਪਣੇ ਸਿਰ ਬਣ ਰਹੇ ਨੇ, ਜਦਕਿ ਉਹਨਾਂ ਦੇ ਲੋਹ ਪੁਰਸ਼ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਵਿੱਚ ਇਹ ਖੁਦ ਕਬੂਲਿਆ ਹੈ ਕਿ 1984 ਆਪਰੇਸ਼ਨ ਬਲੂ ਸਟਾਰ ਉਹਨਾਂ ਵੱਲੋਂ ਪਾਏ ਦਬਾਅ ਦਾ ਹੀ ਨਤੀਜਾ ਸੀ ਤੇ ਉਹਨਾਂ ਮੁਤਾਬਕ ਬੀਜੇਪੀ ਅਤੇ RSS ਦੇ ਵਰਕਰਾਂ ਤੇ ਆਗੂਆਂ ਵੱਲੋਂ ਆਪਰੇਸ਼ਨ ਬਲੂ ਸਟਾਰ ਲਈ ਕਾਂਗਰਸ ਤੇ ਦਬਾਅ ਬਣਾਉਣ ਵਾਸਤੇ ਧਰਨੇ ਵੀ ਲਾਏ ਗਏ ਸਨ। 8 ਨਵੰਬਰ 1984 ਵਿੱਚ ਜਨਸੰਘ ਆਗੂ ਨਾਨਾ ਜੀ ਦੇਸ਼ਮੁਖ, ਜਿਸ ਨੂੰ ਮੋਦੀ ਸਰਕਾਰ ਨੇ ਭਾਰਤ ਰਤਨ ਨਾਲ ਨਵਾਜਿਆ ਹੈ, ਉਸਨੇ ਮੂਮੈਂਟ ਆਫ ਸੋਇਲ ਸਰਚਿੰਗ ਨਾਮਕ ਲੇਖ ਵਿੱਚ 1984 ਆਪਰੇਸ਼ਨ ਬਲੂ ਸਟਾਰ ਲਈ ਇੰਦਰਾ ਗਾਂਧੀ ਦੀ ਤਾਰੀਫ ਕੀਤੀ ਸੀ ਅਤੇ 1984 ਸਿੱਖ ਕਤਲੇਆਮ ਨੂੰ ਜਾਇਜ਼ ਠਹਿਰਾਇਆ ਸੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ 2002 ਵਿੱਚ ਗੁਜਰਾਤ ਵਿੱਚ ਜੋ ਘਟਿਆ ਵਾਪਰਿਆ ਉਸਦਾ ਜ਼ਿਕਰ ਕਦੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਜ਼ੁਬਾਨ ਤੇ ਕਿਉਂ ਨਹੀਂ ਆਉਂਦਾ। ਇਸ ਦੇ ਬੁੱਧੀਜੀਵੀਆਂ ਦੀ ਇਹ ਦਲੀਲ ਹੈ ਕਿ ਬੀਜੇਪੀ ਨੇ ਮੌਜੂਦਾ ਸਿਆਸੀ ਪ੍ਰਸੰਗ ਵਿੱਚ 1984 ਸਿੱਖ ਕਤਲੇਆਮ ਦੇ ਮੁੱਦੇ ਨੂੰ 2002 ਕਤਲੇਆਮ ਦੀ ਕਾਟ ਵਜੋਂ ਵਰਤਿਆ ਤੇ ਹਰ ਵਾਰ ਚੋਣਾਂ ਦੌਰਾਨ 1984 ਦੇ ਜਿੰਨ ਨੂੰ ਸਹੂਲਤ ਮੁਤਾਬਕ ਉਹ ਬੋਤਲ ਚੋਂ ਬਾਹਰ ਕੱਢ ਲੈਂਦੇ ਨੇ ਅਤੇ ਇਸ ਪਿੱਛੇ 2002 ਵਾਲਾ ਉਹ ਕਤਲੇਆਮ ਲੁਕ ਜਾਂਦਾ ਹੈ। ਪਰ ਉਹਨਾਂ ਦੀ ਦਲੀਲ ਹੈ ਕਿ 2002 ਕਤਲੇਆਮ ਵੇਲੇ ਸੱਤਾ ਤੇ ਕਾਬਜ ਬੀਜੇਪੀ ਅਤੇ ਮੋਦੀ ਕਿ 1984 ਸਿੱਖ ਕਤਲੇਆਮ ਬਾਰੇ ਬੋਲਣ ਦਾ ਨੈਤਿਕ ਹੱਕ ਰੱਖਦੇ ਹਨ। ਉਹਨਾਂ ਦੀ ਦਲੀਲ ਹੈ ਕਿ RSS ਦਾ ਤਾਂ ਏਜੰਡਾ ਹੀ ਮੁਲਕ ਨੂੰ ਇੱਕ ਰੰਗ, ਇੱਕ ਵਿਚਾਰਧਾਰਾ ਤੇ ਇੱਕ ਸੱਭਿਆਚਾਰ ਵਿੱਚ ਰੰਗਣ ਦਾ ਹੈ ਤਾਂ ਉਹਨਾਂ ਤੋਂ ਘੱਟ ਗਿਣਤੀਆਂ ਪ੍ਰਤੀ ਕੋਈ ਹਿਤੈਸ਼ੀ ਭਾਵਨਾ ਦੀ ਤਵੱਕੋ ਰੱਖਣਾ ਹੀ ਬੇਮਾਨੀ ਹੈ। ਆਜ਼ਾਦ ਹਿੰਦੁਸਤਾਨ ਵਿੱਚ ਇਹ ਕੋਸ਼ਿਸ਼ਾਂ ਆਜ਼ਾਦੀ ਦੇ ਨਾਲ ਹੀ ਸ਼ੁਰੂ ਹੋ ਗਈਆਂ ਸਨ। ਪੰਜਾਬ ਵਿੱਚ ਭਾਸ਼ਾ ਦੇ ਆਧਾਰ ਤੇ ਚੱਲੇ ਪੰਜਾਬੀ ਸੂਬੇ ਦੇ ਅੰਦੋਲਨ ਦੌਰਾਨ ਸੰਘ ਪਰਿਵਾਰ ਦੀ ਭੂਮਿਕਾ ਕਿਸੇ ਤੋਂ ਲੁਕੀ ਨਹੀਂ ਹੈ। ਮਾਹਿਰ ਇਹ ਮੰਨਦੇ ਨੇ ਕਿ ਉਸ ਵੇਲੇ ਮਹਾਂ ਪੰਜਾਬ ਦੇ ਹੱਕ ਵਿੱਚ ਖੜਦਿਆਂ ਸਿੱਖ ਅਤੇ ਹਿੰਦੂਆਂ ਵਿੱਚ ਜ਼ਹਿਰ ਭਰਿਆ ਗਿਆ। ਕਾਰਵਾਂ ਵਿੱਚ ਛਪੇ ਇਸ ਲੇਖ ਮੁਤਾਬਕ ਉਸ ਵੇਲੇ ਜਦੋਂ ਅੰਮ੍ਰਿਤਸਰ ਵਿੱਚ ਸਿੱਖ ਭਾਈਚਾਰਾ ਸ਼ਹਿਰ ਵਿੱਚ ਤੰਬਾਕੂ ਅਤੇ ਬੀੜੀਆਂ ਦੇ ਵੇਚਣ ਤੇ ਪਾਬੰਦੀ ਦੀ ਮੰਗ ਕਰ ਰਿਹਾ ਸੀ ਤੇ ਜਾਣ ਬੁੱਝ ਕੇ ਸੰਘ ਵੱਲੋਂ ਇਸ ਦੀ ਖਿਲਾਫ ਕੀਤੀ ਗਈ। ਬੀਜੇਪੀ ਦੇ ਕੌਮੀ ਆਗੂ ਹਰਬੰਸ ਲਾਲ ਖੁਰਾਨਾ ਨੇ ਜਨਤਕ ਤੌਰ ਤੇ ਰੇਲਵੇ ਸਟੇਸ਼ਨ ਨੇੜੇ ਹਰਿਮੰਦਰ ਸਾਹਿਬ ਦੇ ਮਾਡਲ ਨੂੰ ਨੁਕਸਾਨ ਪਹੁੰਚਾਇਆ। ਮਾਹਿਰ ਇਹ ਮੰਨਦੇ ਹਨ ਕਿ 1984 ਸਿੱਖ ਕਤਲੇਆਮ ਵਿੱਚ ਬੀਜੇਪੀ ਅਤੇ RSS ਦੇ ਵਰਕਰਾਂ ਦੀ ਵੀ ਸ਼ਮੂਲੀਅਤ ਸੀ। ਇਸ ਤੱਥ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਬੀਜੇਪੀ ਤੇ ਸੰਘ ਦੇ ਕਰੀਬ 49 ਮੈਂਬਰਾਂ ਦੇ ਨਾਮ 14 FIR ਵਿੱਚ ਨਾਮਜ਼ਦ ਹਨ। ਇਸ ਰਿਪੋਰਟ ਵਿੱਚ ਲਿਖਿਆ ਹੈ ਕਿ ਹਰੀਨਗਰ ਆਸ਼ਰਮ, ਭਗਵਾਨ ਨਗਰ ਅਤੇ ਸਨਲਾਈਟ ਕਲੋਨੀ ਵਿੱਚ ਕਤਲ, ਸਾੜ ਫੂਕ ਦੇ ਕਈ ਮਾਮਲਿਆਂ ਵਿੱਚ ਬੀਜੇਪੀ ਤੇ ਸੰਘ ਆਗੂਆਂ ਦੇ ਨਾਮ ਹਨ। ਇਸ ਰਿਪੋਰਟ ਮੁਤਾਬਕ ਰਾਮ ਕੁਮਾਰ, ਜੋ ਕਿ 1980 ਵਿੱਚ ਵਾਜਪੇਈ ਲਈ ਪੋਲ ਏਜੰਟ ਸੀ, ਉਸਦਾ ਨਾਮ ਵੀ FIR ਵਿੱਚ ਹੈ, ਤਾਂ ਫਿਰ ਸਾਰੀ ਕਹਾਣੀ ਆਪਣੇ ਆਪ ਸਾਫ਼ ਹੋ ਜਾਂਦੀ ਹੈ। ਬੁੱਧੀਜੀਵੀ ਇਹ ਮੰਨਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸ ਹੱਦ ਤੱਕ ਸਿੱਖ ਹਤੈਸ਼ੀ ਹਨ, ਇਸ ਦੀ ਪੋਲ ਤਾਂ ਉਦੋਂ ਹੀ ਖੁੱਲ੍ਹ ਜਾਂਦੀ ਹੈ ਕਿ ਉਹਨਾਂ ਦੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਕੱਛ ਅਤੇ ਭੁੱਜ ਵਿੱਚ ਵਸੇ ਸਿੱਖ ਕਿਸਾਨਾਂ ਨੂੰ ਖਦੇੜਿਆ ਗਿਆ। ਸਟੇਟ ਗੌਰਮੈਂਟ ਵੱਲੋਂ 1973 ਵਾਲੀ ਜਾਰੀ ਸਰਕੂਲਰ ਨੂੰ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਗਈ ਤੇ ਹਾਲੇ ਤੱਕ ਉੱਥੇ ਸਿੱਖ ਉਜਾੜੇ ਦੇ ਮੁਹਾਨ ਤੇ ਬੈਠੇ ਨੇ ਤੇ ਉੱਥੇ ਬੀਜੇਪੀ ਦੀ ਸਰਕਾਰ ਹੈ। ਗੁਜਰਾਤੀ ਕਿਸਾਨ ਆਗੂ ਸੁਰਿੰਦਰ ਸਿੰਘ ਭੁੱਲਰ ਮੁਤਾਬਕ ਬੀਜੇਪੀ ਦੇ ਲੋਕਲ ਲੀਡਰ ਸਾਡੇ ਨਾਲ ਗੁੰਡਿਆਂ ਵਾਂਗ ਵਰਤਾ ਕਰ ਰਹੇ ਹਨ, ਉਹ ਸਾਨੂੰ ਸਾਡੀਆਂ ਜ਼ਮੀਨਾਂ ਤੋਂ ਬਾਹਰ ਸੁੱਟਣਾ ਚਾਹੁੰਦੇ ਹਨ। ਉਹਨਾਂ ਮੁਤਾਬਕ ਬੀਜੇਪੀ ਸਿਰਫ ਮੁਸਲਿਮ ਹੀ ਨਹੀਂ ਬਲਕਿ ਸਾਰੀਆਂ ਘੱਟ ਗਿਣਤੀਆਂ ਦੀ ਵਿਰੋਧੀ ਹੈ। ਹਾਲ ਹੀ ਵਿੱਚ ਕਾਰਵਾਂ ਵਿੱਚ ਛਪੀ ਇੱਕ ਰਿਪੋਰਟ ਵਿੱਚ ਇਸ ਦਾ ਵੀ ਉਚੇਚੇ ਤੌਰ ਤੇ ਜ਼ਿਕਰ ਕੀਤਾ ਗਿਆ ਸੀ ਕਿ ਪਿਛਲੇ ਮੋਦੀ ਸਰਕਾਰ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਵਿੱਚ ਸਿੱਖ ਟੈਰੋਰਿਜ਼ਮ ਸ਼ਬਦ ਵਰਤਿਆ ਗਿਆ। ਸਿੱਖ ਬੁੱਧੀਜੀਵੀ ਬ੍ਰਾਹਮਣਵਾਦੀ ਸੋਚ ਦੀ ਮੁੱਢ ਕਦੀਮਾ ਤੋਂ ਜਾਰੀ ਉਸ ਖੇਡ ਨੂੰ ਸਮੇਂ-ਸਮੇਂ ਤੇ ਬੇਪਰਦਾ ਕਰਦੇ ਰਹੇ ਨੇ, ਜਿਸ ਜ਼ਰੀਏ ਸਿੱਖ ਧਰਮ ਨੂੰ ਹਿੰਦੂ ਧਰਮ ਵਿੱਚ ਜਜ਼ਬ ਕਰ ਲੈਣ ਲਈ ਵਿਉਂਤਾਂ ਘੜੀਆਂ ਗਈਆਂ ਸਨ। ਸਿੱਖ ਸਾਹਿਤ ਨੂੰ ਜਿਸ ਤਰੀਕੇ ਨਾਲ ਤੋੜਿਆ ਮਰੋੜਿਆ ਗਿਆ ਤੇ ਕੋਸ਼ਿਸ਼ਾਂ ਅੱਜ ਵੀ ਜਾਰੀ ਨੇ। ਉਹਨਾਂ ਮੁਤਾਬਕ ਰਾਸ਼ਟਰੀ ਸਿੱਖ ਸੰਗਤ ਸਮੇਤ ਜਥੇਬੰਦੀਆਂ ਜਾਂ ਧਾਰਮਿਕ ਸੰਸਥਾਵਾਂ ਵਿੱਚ ਆਪਣੇ ਹੱਥ ਠੋਕੇ ਫਿੱਟ ਕਰਕੇ ਸਿੱਖ ਧਰਮ ਵਿੱਚ ਸਣ ਲਾਉਣ ਦੀ ਕੋਸ਼ਿਸ਼
ਹੋ ਰਹੀ ਹੈ। ਇਹ ਕੋਸ਼ਿਸ਼ਾਂ ਹਿੰਦੁਸਤਾਨ ਵਿੱਚ ਹੀ ਨਹੀਂ ਬਾਹਰਲੇ ਮੁਲਕਾਂ ਵਿੱਚ ਵੀ ਜਾਰੀ ਨੇ। ਕੈਨੇਡਾ ਦੇ ਇੱਕ ਪੱਤਰਕਾਰ ਗੁਰਪ੍ਰੀਤ ਸਿੰਘ ਮੁਤਾਬਕ ਬੀਜੇਪੀ ਅਤੇ ਸੰਘ ਬਾਹਰਲੇ ਮੁਲਕਾਂ ਵਿੱਚ ਸਿੱਖ ਭਾਈਚਾਰੇ ਸਾਹਮਣੇ ਆਪਣੀ ਸਾਖ ਬਹਾਲੀ ਲਈ ਕੋਸ਼ਿਸ਼ਾਂ ਵਿੱਚ ਲੱਗੀ ਹੈ। ਇਸ ਪਿੱਛੇ ਉਸਦੇ ਮਨਸੂਬਿਆਂ ਨੂੰ ਬੇਸ਼ੱਕ ਸਿੱਖ ਭਾਈਚਾਰਾ ਸਮਝਦਾ ਹੈ, ਪਰ ਉਸ ਦੀਆਂ ਕੋਸ਼ਿਸ਼ਾਂ ਜਾਰੀ ਨੇ। ਅਸੀਂ ਬਾਲਰ ਪ੍ਰੀਤਮ ਕੈਂਸਰ ਕੇਅਰ ਵੱਲੋਂ ਬ੍ਰੈਸਟ ਕੈਂਸਰ ਦੇ ਇਲਾਜ ਵਾਸਤੇ ਇੱਕ ਲਾਈਨਸ ਫਾਊਂਡੇਸ਼ਨ ਹੈਗੀ ਹੈ, ਉਮੀਦ ਇਨੀਸ਼ੀਏਟਿਵ ਹੈ ਉਹਨਾਂ ਦਾ। ਇੱਕ ਇੰਟਰਨੈਸ਼ਨਲ ਡਰੱਗ ਟ੍ਰਾਇਲ ਵੀ ਉਹਨਾਂ ਨੇ ਵੀ ਸਾਨੂੰ ਕੰਟੈਕਟ ਕੀਤਾ। ਇਹਨਾਂ ਤਿੰਨਾਂ ਔਰਗਨਾਈਜੇਸ਼ਨਸ ਦੇ ਨਾਲ ਰਲ ਕੇ ਜੋ ਵੀ ਭੈਣ ਜਾਂ ਮਾਂ ਜਿਸਨੂੰ ਬ੍ਰੈਸਟ ਕੈਂਸਰ ਹੁਣੇ ਪਤਾ ਲੱਗਦਾ ਹੈ ਜਾਂ ਬ੍ਰੈਸਟ ਕੈਂਸਰ ਦੀ ਵਰਗੀ ਕੋਈ ਸ਼ਿਕਾਇਤ ਹੁੰਦੀ ਹੈ, ਉਹ ਸਾਨੂੰ ਜ਼ਰੂਰ ਕੰਟੈਕਟ ਕਰਨ। ਅਤੇ ਜੇ ਲੋੜਵੰਦ ਹੈਗੇ ਹੈ ਤਾਂ ਉਹਨਾਂ ਦਾ ਦਵਾਈ, ਕੀਮੋਥੈਰੇਪੀ, ਓਪਰੇਸ਼ਨ, ਬਹੁਤ ਹੀ ਮਹਿੰਗੀ ਦਵਾਈ ਜਿਹਨੂੰ ਹਰਸੈਪਟਿਨ ਕਹਿੰਦੇ ਆ, ਉਹ ਟਾਰਗੇਟਿਡ ਥੈਰੇਪੀ ਜਿਹੜੀ ਹੈਗੀ ਹੈ, ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਟ੍ਰਾਇਲ ਦੇ ਥਰੂ ਤੁਸੀਂ ਇਸ ਨੂੰ ਯੂਜ਼ ਕਰੋ, ਸੰਗਤ ਦਾ ਭਲਾ ਹੋ ਸਕੇ ਅਤੇ ਅਸੀਂ ਹੋਰ ਲੋਕਾਂ ਨੂੰ ਬਿਮਾਰੀ ਤੋਂ ਨਿਜਾਤ ਦਿਲਾ ਪਾਈਏ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।